ਸੋਏ ਉਹ ਮਾਰਕਾਉਸਨ ਰੋਡ ਤੋਂ 500 ਮੀਟਰ ਦੂਰ ਮਾਰਕੀਟ ਹੈ, ਇਹ ਉਹ ਮਾਰਕੀਟ ਹੈ ਜਿੱਥੇ ਮੇਰਾ ਹੋਟਲ ਹੈ। ਸੋ ਇਹ ਜਿਹੜੀ ਮਾਰਕੀਟ ਹੈ ਇਹ ਥੋੜੀ ਜਿਹੀ ਸੋਫਿਸਟੀਕੇਟਡ ਆ, ਹਨਾ, ਤੇ ਇੱਥੇ ਸ਼ੋਰ ਸ਼ਰਾਬਾ ਬਹੁਤ ਘੱਟ ਆ। ਇੱਥੇ ਜਿੰਨੇ ਵੀ ਮੋਸਟਲੀ ਇੱਥੇ ਸਾਰੇ ਫੋਰਨਰ ਨੇ, ਮੋਸਟਲੀ ਫੋਰਨਰ ਨੇ ਸਾਰੇ ਇੱਥੇ ਘੁੰਮਣ ਆਏ ਨੇ, ਆਪਣਾ ਬੈਠ ਕੇ ਖਾ ਪੀ ਰਹੇ ਨੇ, ਇੰਜੋਏ ਕਰ ਰਹੇ ਨੇ, ਚਿੱਲ ਕਰ ਰਹੇ ਨੇ। ਸੋ ਮੇਰੀ ਲੈਫਟ ਸਾਈਡ ਜਿਹੜੀਆਂ ਤੁਸੀਂ ਦਿਨ ਦੇ ਵਿੱਚ ਦੇਖੀਆਂ ਸੀਗੀਆਂ ਇਹ ਛੋਟੇ ਛੋਟੀਆਂ ਜਿਹੀਆਂ ਦੁਕਾਨਾਂ ਨੇ। ਸੋ ਮੋਸਟਲੀ ਰੈਸਟੋਰੈਂਟ ਨੇ, ਬੀਅਰ ਬਾਰ ਨੇ, ਹੈ ਨਾ, ਮਤਲਬ ਕਿ ਸ਼ਾਂਤ ਜੀ ਪਲੇਸ ਹੈ ਬਹੁਤ ਜ਼ਿਆਦਾ ਯਾਰ। ਇੱਥੇ ਆਰਾਮ ਨਾਲ ਤੁਸੀਂ ਬਿਨਾਂ ਸ਼ੋਰ ਸ਼ਰਾਬੇ ਤੋਂ ਵੈੱਜ, ਨੌਨ ਵੈੱਜ, ਐਲਕੋਹਲ, ਕਿਸੇ ਵੀ ਤਰ੍ਹਾਂ ਦੀ ਡਰਿੰਕਸ ਲੈ ਸਕਦੇ ਹੋ। ਸੋ ਬਹੁਤ ਸ਼ਾਂਤ ਜੀ ਪਲੇਸ ਆ ਯਾਰ, ਇਹ ਮੈਨੂੰ ਬਹੁਤ ਵਧੀਆ ਲੱਗੀ। ਇਹ ਸਭ ਤੋਂ ਵੱਡੀ ਗੱਲ ਮੇਰੇ ਹੋਟਲ ਦੇ ਬਿਲਕੁਲ ਨਾਲ ਹੈ, ਇਹ ਸਿਰਫ 10-15 ਕਦਮ। ਹੈ 250 ਬਾਟ ਤੋਂ ਟੀ ਸ਼ਰਟ ਸ਼ੁਰੂ ਹੋ ਜਾਂਦੀ ਹੈ, 300 ਬਾਟ ਤੋਂ ਲੋਅਰ ਸ਼ੁਰੂ ਹੋ ਜਾਂਦੀ ਹੈ, ਉਹੀ ਤੁਸੀਂ ਮਲਟੀਪਲਾਈ ਇੰਟੂ 250 ਕਰੀ ਜਾਓ, ਬਸ ਉਹਦੇ ਅਕੋਰਡਿੰਗ ਤੁਹਾਨੂੰ ਐਕੂਰੇਟ ਪ੍ਰਾਈਜ਼ ਮਿਲਦਾ ਰਹੂਗਾ। ਅਤੇ ਮਤਲਬ ਕਿ ਇਸ ਵਕਤ ਤਾਂ ਭਰ ਗਿਆ, ਦਿਨ ਦੇ ਵਿੱਚ ਤਾਂ ਇੱਥੇ ਕੁਛ ਵੀ ਨਹੀਂ ਸੀਗਾ। ਬੈਂਕੋਕ ਦੀ ਮੋਸਟਲੀ ਨਾਈਟ ਲਾਈਫ ਹੈ, ਅਤੇ ਇਸ ਦਿਨ ਦੇ ਵਿੱਚ ਇੱਥੇ ਕੁਛ ਵੀ ਨਹੀਂ ਸੀ, ਬਟ ਹੁਣ ਰੌਣਕ ਲੱਗ ਗਈ ਪੂਰੀ। ਸੋ ਦੋ ਕੁੱਤੇ ਆਪਸ ਦੇ ਵਿੱਚ ਖੇਡਦੇ ਹੋਏ, ਪਿਆਰ ਕਰਦੇ ਹੋਏ। ਸੋ ਸਿੱਧਾ ਤਾਂ ਚਲੋ ਇੰਨੀ ਜ਼ਿਆਦਾ ਰੌਣਕ ਨਹੀਂ ਹੈਗੀ, ਅੱਗੇ ਜਾ ਕੇ ਹੈਗੇ ਮੋਸਟਲੀ ਮਸਾਜ ਸੈਂਟਰ। ਸੋ ਆਹ ਰਾਈਟ ਸਾਈਡ ਮੁੜੂੰਗਾ ਮੈਂ, ਇੱਥੇ ਆ ਜਾਂਦਾ ਜੀ ਮੇਰਾ ਹੋਟਲ। ਸੋ ਇੱਧਰ ਮੈਂ ਬੈਕ ਹੋ ਕੇ ਰਾਈਟ ਸਾਈਡ ਦੇਖੂੰਗਾ, ਇੱਧਰ ਇਹ ਰਾਸਤਾ ਅੱਗੇ ਜਾ ਕੇ ਰਾਈਟ ਹੋ ਕੇ ਫਿਰ ਰਾਈਟ ਹੋ ਕੇ ਜਾਂਦਾ ਜੀ ਮੇਨ ਖਾਉਸਨ ਰੋਡ, ਜਿਹੜਾ ਤੁਹਾਨੂੰ ਮੈਂ ਪਿੱਛੇ ਦਿਖਾਇਆ। ਸੋ ਬਹੁਤ ਅਲੱਗ ਜੀ ਵਾਈਬ ਹੈ ਬੈਂਕੋਕ ਦੇ ਵਿੱਚ, ਵਧੀਆ ਚਿੱਲ ਪੋਜ਼ਿਟਿਵਿਟੀ ਜੀ ਹੈ, ਇੱਕ ਐਨਰਜੀ ਜੀ ਹੈ, ਬਹੁਤ ਵਧੀਆ ਫੀਲ ਹੁੰਦਾ ਇੱਥੇ ਆ ਕੇ। ਸੋ ਜੇ ਤੁਸੀਂ ਇੱਥੇ ਆਉਣ ਦਾ ਪਲੈਨ ਕਰ ਰਹੇ ਹੋ ਤਾਂ ਇਕੱਲੇ ਨਾ ਆਇਓ, ਸੋਲੋ ਟਰੈਵਲ ਨਾ ਕਰਿਓ। ਮੋਸਟਲੀ ਤੁਸੀਂ ਜੇ ਇੱਥੇ ਆਉਣਾ ਚਾਹੁੰਦੇ ਹੋ ਤਾਂ ਗਰੁੱਪ ਦੇ ਵਿੱਚ ਆਇਓ, ਕਿਉਂਕਿ ਗਰੁੱਪ ਦੇ ਵਿੱਚ ਹੀ ਤੁਹਾਨੂੰ ਫਨ ਹੋਣਾ, ਉਹ ਤੋਂ ਇਲਾਵਾ ਹੋਰ ਕੁਛ ਨਹੀਂ। ਸੋ ਆਲਮੋਸਟ ਅੱਜ ਦਾ ਜਿਹੜਾ ਦਿਨ ਸੀਗਾ ਉਹ ਰੈਪ ਅਪ ਹੋਣ ਵਾਲਾ, ਅਤੇ ਮੈਂ ਆਪਣੇ ਹੋਟਲ ਜਾ ਰਿਹਾ, ਕਿਉਂਕਿ ਅੱਜ ਮੈਂ ਆਪਣੇ ਹੋਟਲ ਦੇ ਦਾਇਰੇ ਤੋਂ 500 ਮੀਟਰ ਆਲਾ ਦੁਆਲਾ ਹੀ ਐਕਸਪਲੋਰ ਕੀਤਾ ਬੈਂਕੋਕ ਦੇ ਵਿੱਚ। ਬੈਂਕੋਕ ਦੀ ਸਭ ਤੋਂ ਵੱਡੀ ਅਟਰੈਕਸ਼ਨ ਫਿਲਹਾਲ ਹੈ ਜੀ ਖਾਉਸਨ ਰੋਡ, ਉਹ ਮੈਂ ਪੂਰਾ ਐਕਸਪਲੋਰ ਕਰ ਚੁੱਕਿਆ, ਅਤੇ ਉਹ ਸਾਹਮਣੇ ਮੇਰਾ ਹੋਟਲ ਆ ਚੁੱਕਿਆ ਜੀ ਹੁਣ। ਅਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਰੈਪ ਅਪ ਕਰਦੇ ਹਾਂ। ਸੋ ਸਾਡਾ ਜਿਹੜਾ ਯੂਟਿਊਬ ਚੈਨਲ ਆ ਸਬਸਕ੍ਰਾਈਬ ਕਰ ਲਓ ਨੈਕਸਟ ਵਲੌਗ ਦੇਖਣ ਲਈ। ਸੋ ਹੁਣ ਰਾਤ ਹੋ ਚੁੱਕੀ ਹੈ ਅਤੇ ਮੈਂ ਹੋਟਲ ਜਾ ਕੇ ਸੌਣ ਲੱਗਿਆ, ਕਿਉਂਕਿ ਪਿਛਲੇ ਇੱਕ ਰਾਤ ਤੋਂ ਮੈਂ ਟਰੈਵਲ ਕਰ ਰਿਹਾ ਅਤੇ ਮੈਂ ਸੁੱਤਾ ਨਹੀਂ, ਫਿਲਹਾਲ ਸੋ ਰਿਹਾ ਹੁਣ ਮੈਂ। ਸੋ ਆ ਕੁਛ ਕੁ ਮਸਾਜ ਪਾਰਲਰ ਬਹੁਤ ਜ਼ਿਆਦਾ ਨੇ ਇੱਥੇ। ਸੋ ਅਪਰੋਕਸ 100 ਬਾਟ ਤੋਂ ਇੱਥੇ ਮਸਾਜ ਸ਼ੁਰੂ ਹੋ ਜਾਂਦੀ ਹੈ, ਅੱਧਾ ਘੰਟੇ ਦੇ ਲਈ ਮੰਨ ਕੇ ਚਲੋ, ਇੰਡੀਆ ਦੇ 250 ਰੁਪਏ ਦੇ ਵਿੱਚ ਇੱਥੇ ਮਸਾਜ ਸ਼ੁਰੂ ਹੋ ਜਾਂਦੀ ਹੈ। ਸੋ ਇਹ ਮੇਰੇ ਰੈਸਟੋਰੈਂਟ ਦੇ ਥੱਲੇ ਵਾਲਾ ਮਾਹੌਲ ਹੈ, ਸੋਰੀ, ਸੋ ਇਹ ਮੇਰੇ ਹੋਟਲ ਦੇ ਨੀਚੇ ਵਾਲਾ ਰੈਸਟੋਰੈਂਟ ਹੈ, ਅਤੇ ਉੱਪਰ ਰੂਮਸ ਵਗੈਰਾ ਨੇ, ਠੀਕ ਹੈ ਜੀ। ਸਾਹਮਣੇ ਆਪਾਂ ਜਾਵਾਂਗੇ ਤਾਂ ਦੇਖਦੇ ਹਾਂ ਕੀ ਮਿਲਦਾ। ਸੋ ਆ ਜੂਸ ਜਾਸ ਵਗੈਰਾ ਪਏ ਨੇ, ਉਹਦੇ ਆ ਪਤਾ ਨਹੀਂ ਕੀ ਆ। ਕੱਪੜਿਆਂ ਦੀਆਂ ਦੁਕਾਨਾਂ ਬਹੁਤ ਨੇ ਇੱਥੇ, ਮੋਸਟਲੀ ਫੋਰਮਲ, ਮਤਲਬ ਕਿ ਜਿਹੜਾ ਥਾਈਲੈਂਡ ਦਾ ਕਲਚਰ ਆ ਨਾ, ਜਿੱਦਾਂ ਦੇ ਲੋਕ ਕੱਪੜੇ ਪਾਉਣਾ ਪਸੰਦ ਕਰਦੇ ਨੇ ਉੱਦਾਂ ਦੇ ਕੱਪੜੇ ਆਪਾਂ ਉਦੋਂ ਖਰੀਦ ਸਕਦੇ ਹਾਂ ਜਿਹੜੇ ਆਪਾਂ ਨੂੰ ਇੰਡੀਆ ਤੋਂ ਨਹੀਂ ਮਿਲਣੇ। ਸ਼ੂਜ਼ ਦਾ ਰੇਟ ਮੈਂ ਪਤਾ ਕੀਤਾ, ਸ਼ੂਜ਼ ਥੋੜ੍ਹੇ ਜਿਹੇ ਕੋਸਟਲੀ ਨੇ, ਉਹੀ ਇੰਡੀਆ ਵਾਲਾ ਰੇਟ ਆ ਸ਼ੂਜ਼ ਦਾ ਸੇਮ। ਜਿਹੜੇ ਕੱਪੜੇ ਨੇ, ਕੱਪੜਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਕਲਚਰ ਹੈ ਥਾਈਲੈਂਡ ਵਾਲਾ, ਜੇ ਤੁਸੀਂ ਇਹਨਾਂ ਦੇ ਕਲਚਰ ਦੇ ਹਿਸਾਬ ਨਾਲ ਕੱਪੜੇ ਲੈਣੇ ਹੋ ਤਾਂ ਉਹ ਸਟੱਫ, ਉਹ ਡਿਜ਼ਾਈਨ ਆਪਾਂ ਨੂੰ ਇੰਡੀਆ ਵਿੱਚ ਨਹੀਂ ਮਿਲਣਾ। ਸੋ
बैटर आ तुसी कपड़े इतों परचेज कर लवो तो डैट्स गुड। बाकी मैं हले ज़्यादा मार्केट एक्सप्लोर नहीं की, फिलहाल नेड़े तेड़े दी फेमस मार्केट्स दे विच देखिया, इत्थे वैसे ही रेट ज़्यादा हुंदा है ना। आपां किसे नॉर्मल मार्केट दे विच जावांगे उत्थे रेट दा थोड़ा जिहा डाउन हुंदा। सो फिलहाल रैप अप करन लगे जी आपां ये वीडियो। बाकी मेरा यूट्यूब चैनल रील लाइफ स्टूडियो सबसक्राइब कर लो, मेरा फेसबुक पेज जोत कलीराओ फॉलो लाइक कर लो। मिलते हैं जी तुहानू बहुत जल्दी।